ਅੱਜ ਮੈਂ ਬੁੱਧਵਾਰ ਦੇ ਦਿਨ ਕਿਉਂਕਿ ਤੁਹਾਡੇ ਨਾਲ ਮੁਖਾਤਬ ਹੋਣਾ ਫੇਸਬੁੱਕ 'ਤੇ ਅੱਜ ਦਾ ਜਿਹੜਾ ਲੇਟੈਸਟ ਅਪਡੇਟ ਮੈਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਸਰਕਾਰ ਵੱਲੋਂ ਹਮੇਸ਼ਾ ਇਸ ਗੱਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮਾਨਯੋਗ CM ਸਾਹਿਬ ਦੇ ਆਦੇਸ਼ ਇਹੀ ਨੇ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਇਸ ਬਿਮਾਰੀ ਤੋਂ ਬਚਣ ਲਈ। ਔਰ ਜਿਹੜੇ ਲੋਕ ਇਸ ਘਾਤਕ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਨੂੰ ਜਿਹੜੀਆਂ ਮੈਡੀਕਲ ਸੁਵਿਧਾਵਾਂ ਮਿਲਣ। ਪਿਛਲੇ ਦਿਨਾਂ 'ਚ ਬਹੁਤ ਸਾਰੀਆਂ ਐਸੀਆਂ ਗੱਲਾਂ ਆਈਆਂ ਨੇ, ਕਈ ਵਾਰੀ ਕੀ ਹੁੰਦਾ ਕਿ ਇੱਕ ਅੱਧਾ ਕੇਸ ਜਿਹੜਾ ਹੈਗਾ ਉਹ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਬੜੀ ਜਲਦੀ ਉੱਛਲ ਜਾਂਦਾ, ਪਰ ਉਹਦੇ ਨਾਲ ਜਿਹੜੇ ਹਜ਼ਾਰਾਂ ਲੋਕਾਂ ਦਾ ਇਲਾਜ ਹੋਇਆ ਹੈ, ਜਿਨ੍ਹਾਂ ਨੂੰ ਹਸਪਤਾਲਾਂ 'ਚ ਜਗ੍ਹਾ ਮਿਲੀ ਹੈ ਉਹ ਠੀਕ ਹੋ ਕੇ ਗਏ ਨੇ, ਉਹ ਗੱਲ ਕਈ ਵਾਰੀ ਪਿੱਛੇ ਰਹਿ ਜਾਂਦੀ ਹੈ। ਪਹਿਲੀ ਗੱਲ ਤਾਂ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਹੁਣ ਤੱਕ ਸਾਡੇ ਜਿਹੜੇ 4176 ਪੋਜ਼ਿਟਿਵ ਕੇਸ ਆਏ ਸੀਗੇ, ਬਟ ਅਸੀਂ ਇਹਨਾਂ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਪਹਿਲਾਂ ਹੀ ਠੀਕ ਹੋ ਕੇ ਜਾ ਚੁੱਕੇ ਨੇ। ਅੱਜ ਆਪਾਂ ਮੇਨ ਗੱਲ ਇਹ ਕਰਾਂਗਾ ਕਿ ਲੋਕਾਂ ਦੇ ਮਨਾਂ 'ਚ ਇਸ ਤਰ੍ਹਾਂ ਦੀ ਗੱਲ ਪਾਈ ਹਸਪਤਾਲਾਂ 'ਚ ਜਗ੍ਹਾ ਨਹੀਂ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ 'ਚ ਲੈਵਲ 2 ਦੇ 300 ਬੈੱਡ ਔਰ ਲੈਵਲ 1 ਦੇ 900 ਬੈੱਡ ਇਹ ਜਿਹੜੇ ਇਸ ਵੇਲੇ ਸਾਡੇ ਕੋਲ ਪ੍ਰਬੰਧ ਹੈਗਾ, ਔਰ ਇਹਨਾਂ ਦੇ ਵਿੱਚੋਂ 746 ਬੈੱਡ ਸਰਕਾਰੀ ਹਸਪਤਾਲਾਂ ਦੇ ਵਿੱਚ ਅਜੇ ਵੀ ਖਾਲੀ ਨੇ। ਭਾਵ ਸਰਕਾਰੀ ਹਸਪਤਾਲਾਂ ਦੀ ਜੇ 1200 ਦੀ ਕਪੈਸਿਟੀ ਹੈ ਤਾਂ ਉਹਦੇ 'ਚੋਂ ਅਜੇ ਤੱਕ ਸਿਰਫ 450 ਬੈੱਡ ਭਰੇ ਹੋਏ ਨੇ। ਤੁਸੀਂ ਇਹ ਲਗਾ ਲਓ ਕਿ ਲਗਭਗ ਜਿਹੜੀ ਸਰਕਾਰੀ ਹਸਪਤਾਲਾਂ ਦੀ ਕਪੈਸਿਟੀ ਹੈ ਉਹਦਾ ਸਿਰਫ 35% ਅਜੇ ਭਰਿਆ, 65% ਅਜੇ ਖਾਲੀ ਹੈ। ਇਸ ਗੱਲ ਤੋਂ ਵੀ ਕੋਈ ਇਨਕਾਰ ਨਹੀਂ ਕਿ ਬਹੁਤ ਸਾਰੇ ਲੋਕ ਜਿਹੜੇ ਕਿ ਆਪਦਾ ਪੇ ਕਰ ਸਕਦੇ ਨੇ ਜਾਂ ਜਿਨ੍ਹਾਂ ਦਾ ਵਿਸ਼ਵਾਸ ਜਿਹੜਾ ਪ੍ਰਾਈਵੇਟ ਹਸਪਤਾਲਾਂ 'ਤੇ ਬਹੁਤ ਜ਼ਿਆਦਾ ਹੈ, ਉਹਨਾਂ ਵੱਲੋਂ ਇਹ ਸ਼ਿਕਾਇਤ ਆਈ ਕਿ ਵੀ ਪ੍ਰਾਈਵੇਟ ਹਸਪਤਾਲਾਂ 'ਚ ਸਾਨੂੰ ਸ਼ਾਇਦ ਬੈੱਡ ਉਨੇ ਪੂਰੇ ਨਹੀਂ ਮਿਲ ਰਹੇ। ਸਰਕਾਰ ਵੱਲੋਂ ਮਾਨਯੋਗ ਮੁੱਖ ਸਕੱਤਰ ਸਾਹਿਬ ਦੀ ਜਿਹੜੀ ਹਦਾਇਤ ਨੇ, CM ਸਾਹਿਬ ਦੀਆਂ ਹਦਾਇਤਾਂ ਨੇ, ਉਹਦੇ ਤਹਿਤ ਅਸੀਂ ਪ੍ਰਾਈਵੇਟ ਜਿਹੜੇ 7 ਵੱਡੇ ਹਸਪਤਾਲ ਨੇ ਪਹਿਲਾਂ ਉਹਨਾਂ ਦੇ ਨੰਬਰ ਆਫ ਬੈੱਡਸ ਵਧਾਏ, ਫਿਰ ਉਸ ਤੋਂ ਬਾਅਦ ਕੱਲ੍ਹ ਅਸੀਂ ਜਿਹੜੇ ਸ਼ਹਿਰ ਦੇ 50 ਵੱਡੇ ਪ੍ਰਮੁੱਖ ਹਸਪਤਾਲ ਨੇ ਉਹਨਾਂ ਨਾਲ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਉਹਨਾਂ ਨਾਲ ਮੀਟਿੰਗ ਕੀਤੀ, ਉਹਦੇ ਬੜਾ ਸਕਾਰਾਤਮਕ ਨਤੀਜੇ ਹੋਏ ਨੇ। ਮੈਨੂੰ ਇਹ ਖੁਸ਼ੀ ਹੈ ਤੁਹਾਨੂੰ ਦੱਸਦੇ ਹੋਏ ਕਿ ਅੱਜ ਤੋਂ 15 ਦਿਨ ਪਹਿਲਾਂ ਜਿਹੜੇ ਕਿ ਸਾਡੇ ਕੋਲ ਸਿਰਫ 62 ਬੈੱਡ ਸੀਗੇ ਪ੍ਰਾਈਵੇਟ ਹਸਪਤਾਲਾਂ ਦੇ, ਅੱਜ ਉਹ ਬੈੱਡ ਸਾਡੇ ਕੋਲ ਵੱਧ ਕੇ 741 ਹੋ ਗਏ। 741 ਦਾ ਮਤਲਬ ਹੈ ਕਿ ਲਗਭਗ 750 ਬੈੱਡ ਸਾਡੇ ਕੋਲ ਪ੍ਰਾਈਵੇਟ ਹਸਪਤਾਲਾਂ ਦੇ ਹੈਗੇ ਨੇ, ਔਰ ਉਸ 'ਚ ਸ਼ਹਿਰ ਦੇ 7 ਵੱਡੇ ਹਸਪਤਾਲ ਔਰ 30 ਮੱਧਮ ਦਰਜੇ ਦੇ ਹਸਪਤਾਲ ਸਾਡੇ ਨਾਲ ਔਨ ਬੋਰਡ ਨੇ। ਇਹ 37 ਹਸਪਤਾਲਾਂ ਦੇ ਜਿਹੜੇ 741 ਬੈੱਡ ਸਾਡੇ ਕੋਲ ਹੈ ਨੇ, 741 ਬੈੱਡਾਂ ਦੇ ਵਿੱਚੋਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਸ ਵੇਲੇ 397 ਬੈੱਡ ਭਰੇ ਹੋਏ ਨੇ, 400 ਮੰਨ ਲਓ ਤੁਸੀਂ, 350 ਬੈੱਡ ਅਜੇ ਵੀ ਪ੍ਰਾਈਵੇਟ ਹਸਪਤਾਲਾਂ 'ਚ ਖਾਲੀ ਨੇ। ਕਈ ਵਾਰ ਇਹ ਹੁੰਦਾ ਕਿ ਵੀ ਸਮਾਜ 'ਚ ਜਦੋਂ ਕੋਈ ਗੱਲ ਫੈਲ ਜਾਂਦੀ ਹੈ ਔਰ ਇੱਕ ਬੰਦਾ ਅਗਰ ਕੋਈ ਗੱਲ ਕਹਿ ਦੇ, ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਗੱਲ ਹੈ ਉਹ ਬੜੀ ਜਲਦੀ ਕੈਚ ਕਰਦੀ ਹੈ, ਔਰ ਕਈ ਵਾਰੀ ਬਹੁਤ ਸਾਰੇ ਲੋਕ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਉਹਨੂੰ ਸੱਚ ਵੀ ਮੰਨ ਕੇ ਬਹਿ ਜਾਂਦੇ ਆ। ਪਿੱਛੇ ਜੇ ਕਿਸੇ ਨੇ ਕੋਈ ਅਫਵਾਹ ਫੈਲਾਤੀ, ਪਤਾ ਨਹੀਂ ਲੂਣ ਦੀ ਕਮੀ ਹੋ ਗਈ, ਸਾਰੇ ਲੋਕ ਹੀ ਲੂਣ ਲੈਣ ਚੱਲ ਪਏ। ਜੇ ਆਪਾਂ ਸਾਰੇ ਲੋਕ ਇਸ ਤਰ੍ਹਾਂ ਹਸਪਤਾਲਾਂ ਵੱਲ ਵੀ ਰਾਹ ਘੱਟ ਦਾਂਗੇ, ਜਾਂ ਜਿਹੜਾ ਬੰਦਾ ਹੋਮ ਆਈਸੋਲੇਸ਼ਨ ਨਾਲ ਘਰ ਰਹਿ ਸਕਦਾ, ਜਾਂ ਜਿਹਨੂੰ ਮਾਈਲਡ ਸਿਮਟਮਸ ਹੈਗੇ ਨੇ ਹੋਮ ਆਈਸੋਲੇਸ਼ਨ ਕਰ ਸਕਦਾ, ਜਾਂ ਸਰਕਾਰ ਦੀ ਲੈਵਲ 1 ਦੀ ਫੈਸਿਲਿਟੀ ਹੈ ਜਿੱਥੇ ਕਿ ਬਿਨਾਂ ਆਕਸੀਜਨ ਤੋਂ ਉਹਦਾ ਸਰ ਸਕਦਾ, ਜਾਂ ਜਿਹੜੇ ਨੂੰ ਲੈਵਲ 2 ਦੀ ਮਾਈਲਡ ਆਕਸੀਜਨ ਫੈਸਿਲਿਟੀ ਦੇ ਨਾਲ ਰਹਿ ਸਕਦਾ, ਅਗਰ ਉਹ ਸਾਰੇ ਵੱਡੇ ਹਸਪਤਾਲਾਂ ਵੱਲ ਜਾਣਗੇ, ਮੇਰੀ ਤੁਹਾਨੂੰ ਬੇਨਤੀ ਹੈ ਤੁਸੀਂ ਆਪ ਸੋਚੋ ਨੇ ਉਹਨਾਂ ਨਾਲ ਵਾਕਈ ਬੈੱਡਾਂ ਦੀ ਕਮੀ ਹੋ ਜੂਗੀ। ਪਹਿਲੀ ਤਾਂ ਮੇਰੀ ਤੁਹਾਨੂੰ ਅਪੀਲ ਇਹ ਹੈ, ਤੁਸੀਂ ਆਪਦੀ ਬਿਮਾਰੀ ਦੀ ਕੰਡੀਸ਼ਨ ਦੇਖੋ, ਉਸ ਤੋਂ ਬਾਅਦ ਡਿਸਾਈਡ ਕਰੋ ਕਿ ਹਸਪਤਾਲ ਜਾਣਾ ਹੈ ਕਿ ਨਹੀਂ ਜਾਣਾ, ਜਾਂ ਹੋਮ ਆਈਸੋਲੇਸ਼ਨ ਕਰਨਾ, ਜਾਂ ਕਿਹੜੇ ਲੈਵਲ ਦੇ ਹਸਪਤਾਲ 'ਚ ਜਾਣਾ। ਵੱਡੇ ਹਸਪਤਾਲ 'ਚ ਜਾਣ ਨਾਲ ਕੋਈ ਚੰਗੀ ਸਿਹਤ ਦੀ ਗਰੰਟੀ ਨਹੀਂ ਹੈਗੀ, ਉਹਦੇ ਲਈ ਮੈਂ ਵਿਸਥਾਰ 'ਚ ਗੱਲ ਕਰਾਂਗਾ। ਬਹੁਤ ਸਾਰੇ ਵੀਰਾਂ ਨੂੰ ਇਹ ਲੱਗ ਰਿਹਾ ਹੋਣਾ ਹੈ ਵੀ DC ਜਿਹੜੇ ਅੰਕੜੇ ਦੇ ਰਿਹਾ ਵੀ ਵਾਕਈ ਇਹ ਗੱਲ ਹੈ ਕਿ ਨਹੀਂ ਹੈ। ਅਸੀਂ ਪਿੱਛੇ ਜੇ ਗੱਲ ਚਲਾਈ ਸੀ ਕਿ ਅਸੀਂ ਇੱਕ ਐਪ ਲਾਂਚ ਕਰਾਂਗੇ ਜਿਹਦੇ 'ਤੇ ਜਾ ਕੇ ਤੁਸੀਂ ਜਿਹੜਾ ਹੈਗਾ ਰੀਅਲ ਟਾਈਮ ਦੇਖੋਗੇ ਕਿ ਕਿਹੜੇ ਹਸਪਤਾਲ 'ਚ ਕਿੰਨੇ ਬੈੱਡ ਨੇ, ਪਰ ਫਿਰ ਕਿਉਂਕਿ ਸਰਕਾਰ ਵੱਲੋਂ ਇਹ ਡਿਸਾਈਡ ਕੀਤਾ ਗਿਆ ਕਿ ਸਾਰੇ ਪੰਜਾਬ ਲਈ ਉਹ ਐਪ ਬਣ ਰਹੀ ਹੈ, ਅੰਡਰ ਟ੍ਰਾਇਲ ਹੈ, ਜਿਹੜਾ ਐਪ ਸਟੋਰ ਹੈ ਉਹਦਾ ਵੀ ਇੱਕ ਪ੍ਰੋਸੀਜਰ ਹੈ ਕਿ 72 ਘੰਟੇ ਉਸ 'ਚ ਲਾ ਦਿੰਦੇ ਆ, ਪੂਰੇ ਪੰਜਾਬ ਦੇ ਹਸਪਤਾਲਾਂ ਦਾ ਡਾਟਾ ਪੈ ਰਿਹਾ। ਪਰ ਜਿੱਥੋਂ ਤੱਕ ਲੁਧਿਆਣੇ ਦੇ ਡਾਟਾ ਦਾ ਸੰਬੰਧ ਹੈ, ਮੈਂ ਹੁਣੇ ਤੁਹਾਨੂੰ ਇਹ ਆਊਟ ਕਰਨ ਲੱਗਿਆ, ਸਾਡੀ ਇੱਕ ਵੈਬਸਾਈਟ ਹੈ ਜਿਹਨੂੰ ਨੈਸ਼ਨਲ ਇਨਫੋਰਮੈਟਿਕ ਸੈਂਟਰ ਕਹਿੰਦੇ ਆ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਸਾਰੀ ਜਿਹੜੀ ਜਾਣਕਾਰੀ ਹੈ ਉਹਦੇ 'ਤੇ ਹੁੰਦੀ ਹੈ, NIC ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਵੈਬਸਾਈਟ ਹੈ, ਤੁਸੀਂ ਸਾਹਮਣੇ ਨੋਟ ਕਰ ਲਓ।
ਇਹ ਵੈਬਸਾਈਟ ਦਾ ਨਾਂ ਹੈਗਾ ਲੁਧਿਆਣਾ.nic.in। ਇਹਦੇ 'ਤੇ ਅਸੀਂ ਪੋਰਟਲ ਬਣਾਇਆ notice/COVID-19 ਬੈੱਡ ਸਟੇਟਸ ਇਨ ਲੁਧਿਆਣਾ ਡਿਸਟ੍ਰਿਕਟ। ਚੰਗੀ ਤਰ੍ਹਾਂ ਨਾਲ ਇਹਨੂੰ ਦੇਖ ਲਓ, ਮੈਂ ਇਹਨੂੰ ਆਪਣੇ ਹੱਥ 'ਚ ਇਸ ਕਰਕੇ ਹੋਲਡ ਕਰ ਰਿਹਾ ਲੁਧਿਆਣਾ.nic.in। ਇਸ ਵੇਲੇ ਵੀ ਜੇ ਤੁਸੀਂ ਇਹ ਵੀਡੀਓ ਦੇਖਦੇ ਹੋ ਇਹਨੂੰ ਕਲਿੱਕ ਕਰੋਗੇ ਤਾਂ ਤੁਹਾਨੂੰ ਇੱਕ ਪੇਜ ਖੁੱਲੂਗਾ। ਇਸ ਪੇਜ ਦੇ ਉੱਪਰ ਜਿਹੜੀ ਹਸਪਤਾਲ ਨੇ ਸਰਕਾਰੀ ਅਤੇ ਪ੍ਰਾਈਵੇਟ, ਉਹਨਾਂ ਦੇ ਵਿੱਚ ਕਿੰਨੇ ਬੈੱਡ ਨੇ, ਕਿੰਨੇ ਉਹਨਾਂ 'ਚੋਂ ਭਰੇ ਹੋਏ ਨੇ ਇਸ ਵੇਲੇ, ਕਿੰਨੇ ਖਾਲੀ ਨੇ, ਉਹਨਾਂ ਦੀ ਪੂਰੀ ਸੂਚਨਾ ਹੈਗੀ ਹੈ। ਇਸ ਵੇਲੇ ਅਸੀਂ ਜਿਹੜੀ ਇਸ 'ਚ ਸੂਚਨਾ ਦਿੱਤੀ ਹੈ, ਇਹ ਸੂਚਨਾ ਅਸੀਂ ਹਰ 3-4 ਘੰਟੇ ਬਾਅਦ ਜਿਹੜੀ ਹੈਗੀ ਹੈ ਇਹਨੂੰ ਅਪਡੇਟ ਕਰਾਂਗੇ। ਅਗਰ ਤੁਸੀਂ ਬਿਲਕੁਲ ਉੱਪਰ ਦੇਖੋਗੇ ਇਸ 'ਚ ਲਿਖਿਆ 5 ਅਗਸਤ ਨੂੰ, ਤਾਂ ਮੇਰੇ ਕੋਲ 2:38 ਵਾਲੀ ਸੂਚਨਾ ਪਈ ਹੈ, ਪਰ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਇਹਨਾਂ ਮੀਨ ਵਾਈਲ ਮੇਰੀ ਟੀਮ ਨੇ 6:30 ਇਹ ਸੂਚਨਾ ਜਿਹੜੀ ਹੈਗੀ ਅਪਡੇਟ ਕਰਤੀ ਹੈ। ਤੁਸੀਂ ਜਦੋਂ ਹੁਣ ਖੋਲ੍ਹੋਗੇ ਤੁਹਾਨੂੰ 6:30 ਵਾਲੀ ਸੂਚਨਾ ਆਊਗੀ। ਇਸ ਕਰਕੇ ਜਿਹੜੀ ਇਹ ਲੇਟੈਸਟ ਫਾਈਲ ਹੈ ਉਸ 'ਤੇ ਯਕੀਨ ਕਰਨਾ। ਤੁਸੀਂ ਇਹ ਦੇਖਣਾ ਵੀ ਕਿਹੜੇ ਹਸਪਤਾਲ 'ਚ ਬੈੱਡ ਖਾਲੀ ਨੇ, ਤਾਂ ਜਿਹੜੀ NIC ਦੀ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵਾਲੀ ਵੈਬਸਾਈਟ ਹੈ ਉਸ 'ਤੇ ਜਾਓ, ਇਹਨੂੰ PDF ਫਾਈਲ ਨੂੰ ਖੋਲ੍ਹੋ, ਤੁਹਾਨੂੰ ਸਹੀ ਪਤਾ ਲੱਗ ਜੂਗਾ ਵੀ ਕਿਹੜੇ ਹਸਪਤਾਲ 'ਚ ਕਿੰਨੇ ਬੈੱਡ ਖਾਲੀ ਨੇ। ਜਿਹੜੀ 6:30 ਵਾਲੀ ਸੂਚਨਾ ਜਾਂ ਉਸ ਤੋਂ ਪਹਿਲਾਂ ਵਾਲੀ ਜਿਹੜੀ ਸੂਚਨਾ ਹੈਗੀ ਹੈ ਉਹਦੇ ਮੁਤਾਬਕ ਸਾਡੇ ਜਿਹੜੇ 7 ਵੱਡੇ ਹਸਪਤਾਲ ਨੇ DMC, CMC, Fortis, SPS, GTB ਅਤੇ ਦੀਪ ਅਤੇ ਮੋਹਨ ਦੀ, ਇਹਦੇ ਵਿੱਚ ਲੈਵਲ 3 ਦੇ 120 ਬੈੱਡ ਨੇ। ਇਹਦੇ ਵਿੱਚੋਂ ਅੱਜ ਦੀ ਦਿਹਾੜੀ 90 ਭਰੇ ਹੋਏ ਨੇ, 30 ਖਾਲੀ ਨੇ। ਜਿਹੜੇ 30 ਖਾਲੀ ਨੇ ਉਸ 'ਚ DMC 'ਚ 20, 5 CMC 'ਚ, Fortis ਦੇ ਵਿੱਚ ਸਾਰੇ ਭਰੇ ਹੋਏ ਨੇ ਇਸ ਵੇਲੇ, SPS 'ਚ ਵੀ ਭਰੇ ਨੇ, GTB 'ਚ 1 ਬੈੱਡ ਇਸ ਵੇਲੇ ਖਾਲੀ ਹੈਗਾ, ਮੋਹਨ ਦੇਈ ਦੇ ਵਿੱਚ 4 ਬੈੱਡ ਖਾਲੀ ਹੈਗੇ ਨੇ। ਹੁਣ ਤੁਹਾਡੇ ਮਨਾਂ 'ਚ ਇਹ ਸਵਾਲ ਹੋਣਾ ਵੀ ਇਹ ਲੈਵਲ 1, ਲੈਵਲ 2, ਲੈਵਲ 3 ਕੀ ਹੁੰਦਾ। ਜਿਹੜੇ ਬੰਦੇ ਨੂੰ ਕੋਈ ਲੱਛਣ ਨਹੀਂ ਹੈਗਾ, ਉਹ ਪੋਜ਼ਿਟਿਵ ਆ ਗਿਆ, ਪਰ ਉਹਦੇ ਘਰ ਕੋਈ ਇਸ ਤਰ੍ਹਾਂ ਦਾ ਅਲੱਗ ਕਮਰਾ ਨਹੀਂ ਹੈਗਾ ਵੀ ਉਹ ਦੂਜੇ ਬੰਦਿਆਂ ਨੂੰ ਅਫੈਕਟ ਕਰ ਸਕਦਾ, ਪਰ ਉਹਨੇ ਸਰਕਾਰੀ ਜਗ੍ਹਾ 'ਤੇ ਰਹਿਣਾ, ਉਹਨੂੰ ਸਿੱਧੇ ਪੱਧਰੇ ਕਿਸੇ ਇਲਾਜ ਦੀ ਲੋੜ ਨਹੀਂ, ਚੰਗੀ ਦਿਨ 'ਚ ਇੱਕ ਵਾਰੀ ਡਾਕਟਰ ਦੇ ਗੇੜੇ ਦੀ ਲੋੜ ਹੈ, ਉਹਨੂੰ ਅਸੀਂ ਲੈਵਲ 1 ਪੇਸ਼ੈਂਟ ਕਹਿੰਦੇ ਹਾਂ। ਉਹਨਾਂ ਦੇ ਰਹਿਣ ਦੇ ਲਈ ਅਸੀਂ ਸਰਕਾਰੀ ਤੌਰ 'ਤੇ ਮੈਰੀਟੋਰੀਅਸ ਸਕੂਲ ਦੇ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਹੋਇਆ, ਔਰ ਇਹਦੇ ਨਾਲੋਂ ਨਾਲ ਕੁਲਾ ਨਰਸਿੰਗ ਹੋਮ ਕਿਸ਼ਨਗੜ੍ਹ ਪਿੰਡ ਹੈਗਾ ਖੰਨੇ ਦੇ ਲਾਗੇ, ਪਾਇਲ ਦੇ ਨੇੜੇ ਹੈਗਾ, ਉੱਥੇ ਅਸੀਂ 300-400 ਬੈੱਡਾਂ ਦਾ ਪ੍ਰਬੰਧ ਉੱਥੇ ਕੀਤਾ, ਟੋਟਲ 900 ਬੈੱਡਾਂ ਦਾ ਪ੍ਰਬੰਧ ਕੀਤਾ। ਜਿਹੜੇ ਲੈਵਲ 1 ਦੇ ਪੇਸ਼ੈਂਟ ਹੈ, ਜੇ ਕੋਈ ਸਰਦਾਪੁਰ ਦਾ ਬੰਦਾ ਹੈਗਾ ਉਹਦੇ ਘਰ ਜਗ੍ਹਾ ਹੈਗੀ ਹੈ ਔਰ ਆਪਦਾ ਉਹ ਕਮਰਾ ਅਲੱਗ ਹੈ, ਤਾਂ ਉਹ ਹੋਮ ਆਈਸੋਲੇਸ਼ਨ ਲੈ ਸਕਦਾ। ਹੁਣ ਇਸ 'ਚੋਂ ਹੀ ਜੁੜਵੀਂ ਗੱਲ ਹੈ, ਤਾਂ ਮੈਂ ਉਸ 'ਚ ਹੋਮ ਆਈਸੋਲੇਸ਼ਨ ਬਾਰੇ ਕੀ ਹੈ ਉਹ ਇਸ ਤੋਂ ਬਾਅਦ ਕਰੂੰਗਾ, ਪਹਿਲਾਂ ਮੈਂ ਲੈਵਲ 2 'ਤੇ ਆ ਜਾਵਾਂ। ਲੈਵਲ 2 ਦੇ ਜਿਹੜੇ ਬੈੱਡ ਨੇ, ਜਿਹੜਾ ਬੰਦਾ ਨੂੰ ਖੰਘ ਜ਼ੁਕਾਮ ਜ਼ਿਆਦਾ ਹੋ ਗਿਆ, ਜ਼ਿਆਦਾ ਵੀਕਨੈਸ ਫੀਲ ਕਰ ਰਿਹਾ ਔਰ ਉਹਨੂੰ ਸਿਲੰਡਰ ਵਾਲੀ ਆਕਸੀਜਨ ਦੀ ਲੋੜ ਹੈਗੀ ਹੈ, ਪਰ ਉਹਦੀ ਸਿਚੁਏਸ਼ਨ ਮੱਧਮ ਲੈਵਲ ਦੀ ਹੈ, ਬਹੁਤ ਜ਼ਿਆਦਾ ਖਰਾਬ ਨਹੀਂ ਹੈ, ਉਹਨੂੰ ਅਸੀਂ ਲੈਵਲ 2 ਦਾ ਪੇਸ਼ੈਂਟ ਕਹਿੰਦੇ ਹਾਂ। ਲੈਵਲ 2 ਦੇ ਪੇਸ਼ੈਂਟ ਦੇ ਲਈ ਸਿਵਲ ਹਸਪੀਟਲ 'ਚ 150 ਬੈੱਡ ਔਰ ਜਿਹੜਾ ਸਾਡਾ ਵਰਤਮਾਨ ਹੈਗਾ ਉਸ 'ਚ 100 ਬੈੱਡ, ਜਗਰਾਓਂ ਦੇ ਵਿੱਚ 50 ਬੈੱਡਾਂ ਦਾ ਪ੍ਰਬੰਧ ਹੈ। ਟੋਟਲ ਅਸੀਂ 300 ਬੈੱਡ ਇਸ ਵੇਲੇ ਸਰਕਾਰੀ ਹਸਪਤਾਲਾਂ 'ਚ ਚਾਲੂ ਕੀਤੇ, ਇਹਨਾਂ 'ਚ 200 ਭਰੇ ਹੋਏ ਅੱਜ ਦੀ ਦਿਹਾੜੀ 'ਚ, 100 ਅਜੇ ਵੀ ਸਾਡੇ ਕੋਲ ਖਾਲੀ ਨੇ, ਜਿਹਨਾਂ 'ਚ 25 ਸਿਵਲ ਹਸਪਤਾਲ 'ਚ, ਵਰਧਮਾਨ ਦੇ ਵਿੱਚ 46 ਅਤੇ 29 ਬੈੱਡ ਜਿਹੜੇ ਜਗਰਾਓਂ 'ਚ ਖਾਲੀ ਨੇ। ਔਰ ਇਸ ਤੋਂ ਬਿਓਂਡ ਵੀ ਸਾਡੀ ਤਿਆਰੀ ਹੈ, ਜਿੱਦੇ ਲੋੜ ਪੈਗੀ ਅਸੀਂ ਕੂਮ ਕਲਾਂ ਨੂੰ ਔਰ ਖੰਨੇ ਦਾ ਅਸੀਂ 200 ਬੈੱਡ ਹੋਰ ਤੁਹਾਡੇ ਸਪੁਰਦ ਕਰ ਦੇਣੇ ਆ, ਔਰ ਉਸ ਤੋਂ ਬਿਓਂਡ ਵੀ ਲੋੜ ਪਈ ਉਹਦੇ ਲਈ ਵੀ ਅਸੀਂ ਤਿਆਰ ਬੈਠੇ ਹਾਂ। ਇਵੇਂ ਜੇਕਰ ਹੀ ਲੈਵਲ 3 ਹੈ, ਜਿਹੜੇ ਬੰਦੇ ਦੀ ਲੈਵਲ 2 ਤੋਂ ਵੀ ਜ਼ਿਆਦਾ ਸਥਿਤੀ ਵਿਗੜ ਜੇ, ਉਹਨੂੰ ਸਾਹ ਚੜ੍ਹਨ ਲੱਗ ਜੇ, ਵੈਂਟੀਲੇਟਰ ਦੀ ਲੋੜ ਪੈ ਜੇ, ਕ੍ਰਿਟੀਕਲ ਕੇਅਰ ਦੀ ਜਿਹਨੂੰ ਆਪਾਂ ਲੋੜ ਕਹਿੰਦੇ ਹੈਗੇ ਹਾਂ ਉਹ ਪੈ ਜਾਵੇ ਔਰ ICU ਵਾਲੀ ਸਥਿਤੀ ਆ ਜਾਵੇ, ਉਹਨੂੰ ਅਸੀਂ ਲੈਵਲ 3 ਪੇਸ਼ੈਂਟ ਕਹਿੰਦੇ ਹਾਂ। ਇਹਨਾਂ ਬੰਦਿਆਂ ਦੀ ਕੇਅਰ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਤਾਂ ਕਿ ਵੀ ਇਹਨਾਂ ਦੀ ਅਸੀਂ ਜਾਨ ਬਚਾ ਸਕੀਏ। ਇਸ ਦੇ ਲਈ ਅਸੀਂ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਵੀ ਗੱਲ ਕਰਕੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੱਡੇ ਸੱਤਾਂ ਨਾਲ ਗੱਲ ਕਰਕੇ 120 ਬੈੱਡ ਇੱਥੇ ਔਰ ਜਿਹੜੇ ਮੱਧਮ ਦਰਜੇ ਦੇ ਹੋਸਪਿਟਲ ਹੈਗੇ ਆ 30 ਬੈੱਡ ਉੱਥੇ, 150 ਬੈੱਡ ਅਸੀਂ ਇਹ ਤਿਆਰ ਕਰਾ ਲਏ ਹੈਗੇ ਆ। ਔਰ ਸਰਕਾਰੀ ਤੌਰ 'ਤੇ ਰੈਫਰਲ ਦੇ ਲਈ ਜਿਹੜੇ 16 ਬੈੱਡ ਹੈਗੇ ਆ CMC ਦੇ ਵਿੱਚ ਅਸੀਂ ਤਿਆਰ ਕੀਤੇ ਹੈ। ਜਿਹੜੇ ਸਾਡੇ ਸਿਵਲ ਹਸਪਤਾਲਾਂ 'ਚ ਪੇਸ਼ੈਂਟ ਆਉਣਗੇ, ਅਗਰ ਉਹ ਗਰੀਬ ਪੇਸ਼ੈਂਟ ਹੈਗੇ ਆ, ਉਹ ਰੈਫਰ ਕਰਨੇ ਪੈਂਦੇ ਆ, ਅਸੀਂ ਉਹਨਾਂ ਨੂੰ CMC ਦੇ ਵਿੱਚ ਰੈਫਰ ਕਰਾਂਗੇ। ਕੱਲ੍ਹ ਅਸੀਂ 11 ਬੈੱਡ ਵਧਾ ਕੇ, ਪਹਿਲਾਂ 5 ਸੀਗੇ, ਅੱਜ 16 ਕਰ ਲਏ। ਜੇ ਉੱਥੇ ਵੀ ਭਰ ਜਾਂਦਾ ਤਾਂ ਸਾਡਾ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਸਾਡੇ ਨਾਲ ਅਟੈਚ ਹੈਗਾ। ਸੋ ਮੇਰੀ ਬੇਨਤੀ ਇਹ ਹੈਗੀ ਹੈ ਵੀ ਆਪਾਂ ਸਮਾਜ 'ਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾ, ਬੈੱਡਾਂ ਦੀ ਕਮੀ ਹੈ। ਬੈੱਡਾਂ ਦੀ ਕਮੀ ਤਾਂ ਹੋਊਗੀ ਜੇ ਆਪਾਂ ਅਫਵਾਹ ਫੈਲਾਵਾਂਗੇ ਔਰ ਹਰ ਬੰਦਾ ਜਿਹਨੂੰ ਨਹੀਂ ਲੋੜ ਹੈਗੀ ਉਹ ਵੀ ਹਸਪਤਾਲਾਂ ਤੱਕ ਭੱਜੂਗਾ।